ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਦੋਸਤੋ ਬੀਤੇ ਦਿਨੀ ਜੈਸਮੀਨ ਤੇ ਸਿੱਧੂ ਮੂਸੇਵਾਲੇ ਦਾ ਸ਼ੋਅ ਹੋਇਆ ਜਿਹੜਾ ਕਿ ਬਹੁਤ ਟਾਈਮ ਤੋਂ ਚਰਚਾ ਦੇ ਵਿੱਚ ਸੀਗਾ ਤੇ ਲਾਈਵ ਸ਼ੋਅ ਦੇ ਦੌਰਾਨ ਦੋਹਾਂ ਨੇ ਅੱਤ ਕਰਾਤੀ। ਪਰ ਦੋਸਤੋ ਜ਼ਿਆਦਾ ਅੱਤ ਸਿੱਧੂ ਮੂਸੇਵਾਲੇ ਨੇ ਕਰਾਈ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਵੀ ਸਿੱਧੂ ਮੂਸੇਵਾਲਾ ਜਿੱਥੇ ਖੜਦਾ ਤਾਂ ਉਹਦੇ ਸਾਹਮਣੇ ਸਾਰਾ ਕਰਾਊਡ ਪਾਣੀ ਭਰਦਾ ਤੇ ਉਦਾਂ ਦੀ ਗੱਲ ਹੀ ਸ਼ੋਅ ਦੇ ਵਿੱਚ ਹੋਈ। ਸ਼ੋਅ ਦੇ ਦੌਰਾਨ ਸਿੱਧੂ ਮੂਸੇਵਾਲਾ ਤਾਂ ਲੋਕਾਂ ਨੇ ਦਿਲਾਂ ਦੇ ਉੱਪਰ ਛਾ ਗਿਆ ਪਰ ਜੈਸਮੀਨ ਦੀ ਕਿਸੇ ਨੇ ਜ਼ਿਆਦਾ ਬਾਤ ਨਹੀਂ ਪੁੱਛੀ ਕਿਉਂਕਿ ਦੋਸਤੋ ਜਦੋਂ ਜੈਸਮੀਨ ਨੇ ਆਪਣੇ ਬ੍ਰਦਰ ਤੋਂ ਪੁੱਛਿਆ ਵੀ ਉਹਨੂੰ ਕਿਹੜਾ ਸ਼ੋਅ ਜ਼ਿਆਦਾ ਪਸੰਦ ਆਇਆ ਤਾਂ ਉਹਨੇ ਵੀ ਸਿੱਧੂ ਮੂਸੇਵਾਲਾ ਕਹਿਤਾ ਸੀ। Someone called me and it deleted. He's recording a snap. He's like, yo, I know this song. And he's recording a snap. He's like, fuck, man, I lost that shit. Yeah, it was my Jatt. Yeah. What was your favorite moment? ਸੋ ਦੋਸਤੋ ਉਈ ਤਾਂ ਨਹੀਂ ਕਹਿੰਦੇ ਵੀ ਜਿੱਥੇ ਸਿੱਧੂ ਮੂਸੇਵਾਲਾ ਖੜਦਾ ਉਹਦੇ ਸਾਹਮਣੇ ਸਾਰਾ ਕਰਾਊਡ ਹੀ ਪਾਣੀ ਭਰਦਾ। ਸੋ ਦੋਸਤੋ ਜਿਹਨੇ ਜਿਹਨੇ ਸ਼ੋਅ ਦੇਖਿਆ ਸੀ ਥੱਲੇ ਕਮੈਂਟ ਕਰ ਦਿਓ ਵੀ ਤੁਹਾਨੂੰ ਕਿਹਦੀ ਪਰਫੋਰਮੈਂਸ ਜ਼ਿਆਦਾ ਵਧੀਆ ਲੱਗੀ ਸੀਗੀ। ਸੋ ਦੋਸਤੋ ਮੈਂ ਇਹ ਨਹੀਂ ਕਹਿੰਦਾ ਵੀ ਜੈਸਮੀਨ ਸੈਂਡਲਸ ਮਾੜਾ ਗਾਉਂਦੀ ਹੈ, ਮੈਂ ਇਹ ਕਹਿਣਾ ਵੀ ਸਿੱਧੂ ਮੂਸੇਵਾਲੇ ਦਾ ਕੋਈ ਕੰਪੈਰੀਜ਼ਨ ਨਹੀਂ ਹੈਗਾ। ਅਤੇ ਦੋਸਤੋ ਜੈਸਮੀਨ ਸੈਂਡਲਸ ਨੇ ਸ਼ੋਅ ਬਾਰੇ ਕੋਈ ਬਾਹਲੀ ਗੱਲਬਾਤ ਨਹੀਂ ਕੀਤੀ ਸੀਗੀ ਕਿਉਂਕਿ ਜੈਸਮੀਨ ਨੂੰ ਪਤਾ ਸੀ ਵੀ ਸਿੱਧੂ ਮੂਸੇਵਾਲਾ ਹੀ ਜ਼ਿਆਦਾ ਛਾਇਆ ਸੀਗਾ ਸ਼ੋਅ ਦੇ ਉੱਪਰ। ਸੋ ਤਾਂ ਕਰਕੇ ਉਹਨੇ ਕੋਈ ਬਾਹਲੀ ਗੱਲਬਾਤ ਨਹੀਂ ਕੀਤੀ ਹੈ ਸ਼ੋਅ ਬਾਰੇ। ਅਤੇ ਚਲੋ ਦੋਸਤੋ ਜਿੰਨੀ ਵੀ ਗੱਲਬਾਤ ਹੋਈ ਆਪਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦੇ ਹਾਂ ਹੁਣ ਅਤੇ ਆਪਾਂ ਤੁਹਾਡਾ ਹੋਰ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਵੀਡੀਓ ਵੱਲ ਲੈ ਚੱਲਦੇ ਹਾਂ। Let's talk about the show yesterday. What was your favorite moment, Rubo? Nice. Yeah, nice. When we couldn't figure out how to play Batal. Oh my god. Like, I'm like, any lumpy intro dege, main kya gana udon likhya siga, gana to sam dedicated a happy fucking New Year's, all this shit, right? The DJ pata nahi kithe gwa gaya. So Rosalie's trying to like fidget with the fucking buttons. Gana. You figured it out, right? DJ, ਤੇਰੀ ਕਿਹੜੀ ਫੇਵਰੇਟ ਮੂਮੈਂਟ ਸੀਗੀ? ਮੈਂ ਸਟੇਜ ਕ੍ਰੋਸ ਕਰਦਾ ਪਿਆ ਧੂੰਆਂ ਹੀ ਧੂੰਆਂ ਹੋ ਗਿਆ, ਮੈਂ ਉੱਥੇ ਹੀ ਗਵਾਚ ਗਿਆ।